ਖਰੀਦ ਕੇਂਦਰਾਂ ਵਿੱਚ ਹੜ੍ਹ ਦੀ ਫਸਲ ਦੇ ਆਉਣ ਨੂੰ ਲੈ ਕੇ ਪਬਲਿਕ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਮੰਡੀ ਬੋਰਡ ਵੱਲੋਂ ਅੱਜ ਬਠਿੰਡਾ ਦੀ ਦਾਣਾ ਮੰਡੀ ਵਿੱਚ ਲਾਈਨਿੰਗ ਲਾ ਕੇ ਨਿਸ਼ਾਨਦੇਹੀ ਕੀਤੀ ਗਈ, ਜਿਸ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਿਆ ਗਿਆ। ਇਸ ਲਾਈਨਿੰਗ ਵਿੱਚ ਕਿੱਥੇ ਕਣਕ ਸਿੱਟਣੀ ਹੈ, ਕਿੱਥੇ ਬੋਰੀਆਂ ਰੱਖਣੀਆਂ ਹਨ, ਕਿੱਥੇ ਕਿਸਾਨ ਨੇ ਬੈਠਣਾ ਹੈ, ਕਿੱਥੇ ਪੱਖਾ ਲੱਗਣਾ ਹੈ, ਸਭ ਕੁਛ ਦੇਖਿਆ ਗਿਆ। ਜ਼ਿਲ੍ਹਾ ਮੰਡੀ ਅਫਸਰ ਪ੍ਰੀਤ ਕੰਵਰ ਸਿੰਘ ਬਰਾੜ ਨੇ ਕਿਹਾ ਕਿ ਸਾਡੀਆਂ ਪਹਿਲਾਂ 182 ਮੰਡੀਆਂ ਸਨ ਅਤੇ ਹੁਣ ਅਸੀਂ 260 ਮੰਡੀਆਂ ਹੋਰ ਬਣਾ ਦਿੱਤੀਆਂ ਹਨ, ਜੋ ਕਿ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਇਹ ਸਭ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਦਾ ਇਕੱਠ ਨਾ ਹੋਵੇ। ਉਹਨਾਂ ਕਿਹਾ ਕਿ ਮੰਡੀਆਂ ਵਿੱਚ ਕਣਕ ਆਉਣ 'ਤੇ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਆੜ੍ਹਤੀਆਂ ਰਾਹੀਂ ਹਰ ਕਿਸਾਨ ਨੂੰ ਮੰਡੀ ਵਿੱਚ ਆਉਣ ਲਈ ਪਾਸ ਜਾਰੀ ਕੀਤਾ ਜਾਵੇਗਾ ਅਤੇ ਉਹ ਪਾਸ ਸਿਰਫ ਇੱਕ ਦਿਨ ਲਈ ਹੀ ਜਾਰੀ ਹੋਵੇਗਾ। ਸਾਰੇ ਹੀ ਕਿਸਾਨਾਂ ਨੂੰ ਵਾਰੀ ਵਾਰੀ ਪਾਸ ਜਾਰੀ ਕੀਤੇ ਜਾਣਗੇ। ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਨੂੰ ਸੁਕਾ ਕੇ ਹੀ ਮੰਡੀ ਵਿੱਚ ਲੈ ਕੇ ਆਉਣ, ਤਾਂ ਜੋ ਉਹ ਸ਼ਾਮ ਤੱਕ ਆਪਣੀ ਕਣਕ ਦੀ ਢੇਰੀ ਵੇਚ ਕੇ ਆਪਣੇ ਘਰ ਜਾ ਸਕਣ। ਉਹਨਾਂ ਕਿਹਾ ਕਿ ਹਰ ਕਿਸਾਨ ਦਾ ਦਾਣਾ ਦਾਣਾ ਪੰਜਾਬ ਮੰਡੀ ਬੋਰਡ ਖਰੀਦ ਕਰੇਗਾ ਅਤੇ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਅਮਰ ਸਿੰਘ ਬਰਾੜ ਜੀ, ਹਾਂਜੀ, ਮੰਡੀਆਂ ਦੇ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਅਤੇ ਕਿਸ ਤਰ੍ਹਾਂ ਦੇ ਪ੍ਰਬੰਧ? ਕਣਕ ਦੇ ਸੀਜ਼ਨ ਵਿੱਚ ਜੀ, ਪਿਛਲੇ ਸਾਲ ਜਿਹੜੇ ਸਾਡੇ ਕੋਲ ਕੁੱਲ 182 ਖਰੀਦ ਕੇਂਦਰ ਸੀ ਜ਼ਿਲ੍ਹਾ ਬਠਿੰਡਾ ਦੇ ਵਿੱਚ, ਜਿੱਥੇ ਜ਼ਿਮੀਦਾਰ ਦੀ ਕਣਕ ਦੀ ਖਰੀਦ ਕੀਤੀ ਗਈ ਸੀ ਸਰਕਾਰ ਵੱਲੋਂ। ਇਸ ਵਾਰ ਜਿਹੜੇ ਉਹ 182 ਸੈਂਟਰ ਹੈ, ਉਹਨਾਂ ਵਿੱਚ 260 ਦੇ ਕਰੀਬ ਅਸੀਂ ਪ੍ਰਾਈਵੇਟ ਸੈਂਟਰ ਹੋਰ ਐਡ ਕਰਤੇ ਹੈ, ਜਿਹੜੇ ਕਿ ਕੁੱਲ ਹੁਣ 442 ਸੈਂਟਰ ਸਾਡੇ ਬਣ ਗਏ ਆ, ਜਿੱਥੇ ਅਸੀਂ ਜ਼ਿਮੀਦਾਰ ਭਰਾ ਦੀ ਖਰੀਦ ਕਰਾਂਗੇ। ਜਿੱਥੇ ਅਗਾਂਹ ਵੀ ਸਾਨੂੰ ਕੋਈ ਦਿੱਕਤ ਲੱਗੂਗੀ ਕਿ ਆਹ ਮੰਡੀ ਵਿੱਚ ਰਸ਼ ਹੋ ਰਿਹਾ, ਉੱਥੇ ਅਸੀਂ ਡੀ ਸਾਹਿਬ ਦੀ ਆਗਿਆ ਨਾਲ, ਪੰਜਾਬ ਸਰਕਾਰ ਦੀ ਆਗਿਆ ਨਾਲ ਉੱਥੇ ਨਵਾਂ ਸੈਂਟਰ ਖੋਲਣ ਦੀ ਖੋਲ੍ਹ ਦੇਵਾਂਗੇ, ਤਾਂ ਜੋ ਜਿਹੜਾ ਮੰਡੀ ਵਿੱਚ ਰਸ਼ ਨਾ ਪਵੇ। ਮੈਂ ਤੁਹਾਡੇ ਰਾਹੀਂ ਇਹ ਜ਼ਿਮੀਦਾਰ ਭਰਾਵਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਅਤੇ ਕਿ ਉਹ ਕਿਸੇ ਗੱਲ ਦੀ ਫਿਕਰ ਨਾ ਮੰਨਣ, ਸਿਰਫ ਸਾਡਾ ਸਹਿਯੋਗ ਦੇਣ। ਉਹਨਾਂ ਦਾ ਇਕੱਲਾ ਦਾਣਾ ਹੈ ਜਿਹੜਾ ਪਰਚੇਜ਼ ਕੀਤਾ ਜਾਊਗਾ, ਥੋੜ੍ਹਾ ਸਮਾਂ ਲੱਗ ਸਕਦਾ, ਉਹਦੇ ਬਾਰੇ ਅਸੀਂ ਪਾਸ ਜਾਰੀ ਕਰਾਂਗੇ ਆੜ੍ਹਤੀਏ ਦੇ ਰਾਹੀਂ, ਪਰ
ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿ ਉਹ ਕਿਤੇ ਰਹਿ ਜਾਣਗੇ, ਇੱਦਾਂ ਦੀ ਕੋਈ ਗੱਲ ਨਹੀਂ ਹੋਊਗੀ। ਠੀਕ ਹੈ, ਜਿਹੜਾ ਪਹਿਲਾਂ ਸੀਜ਼ਨ ਸੀ 15 ਦਿਨ ਦਾ, 20 ਦਿਨ 'ਚ ਨਿਬੜ ਜਾਂਦਾ ਸੀ, ਹੁਣ ਉਹ 40 ਦਿਨ 'ਚ ਜਾਊਗਾ ਘੱਟੋ ਘੱਟ। ਇਸ ਲਈ ਕਿਸੇ ਵੀ ਗੱਲ ਫਿਕਰਮੰਦ ਹੋਣ ਦੀ ਲੋੜ ਨਹੀਂ। ਜਿਹੜੇ ਸਾਡੇ ਸਫਾਈ ਦੇ ਪ੍ਰਬੰਧ ਹੈ 90% ਤਕਰੀਬਨ ਮੁਕੰਮਲ ਹੋ ਗਏ ਹੈ। ਲਾਈਟ, ਪਾਣੀ, ਛਾਂ ਦੇ ਜੋ ਪ੍ਰਬੰਧ ਸਾਡੇ ਹੁੰਦੇ ਆ ਉਹ ਅਸੀਂ ਕਰ ਦਾਂਗੇ, 14 ਤਰੀਕ ਤੱਕ ਕੰਪਲੀਟ ਕਰ ਦਾਂਗੇ। ਜਿਹੜੇ ਸਾਡੇ ਜ਼ਿਮੀਂਦਾਰ ਭਰਾ ਹੈ ਉਹ 14 ਤਰੀਕ ਨੂੰ ਜਿਹੜੀ ਕੰਬਾਈਨ ਆਪਦੇ ਖੇਤਾਂ ਵਿੱਚ ਲਾ ਸਕਦੇ ਆ। ਟਾਈਮਿੰਗ ਕੀ ਰਹੂਗੀ ਕੰਬਾਈਨ ਦੀ? ਟਾਈਮਿੰਗ ਜਿਹੜੀ ਕੰਬਾਈਨ ਦੀ, ਇੱਥੇ ਮੈਂ ਵਿਸ਼ੇਸ਼ ਤੌਰ 'ਤੇ ਤੁਹਾਨੂੰ ਦੱਸਣਾ ਚਾਹੂੰਗਾ, ਜਿਹੜੀ ਟਾਈਮਿੰਗ, ਇੱਕ ਟਾਈਮਿੰਗ ਗਲਤ ਥੋੜ੍ਹਾ ਉਹਨੂੰ ਲੋਕ ਇੰਟਰਪ੍ਰੈਕਟ ਕਰ ਰਹੇ ਨੇ, ਉਹ ਜ਼ਿਮੀਂਦਾਰ ਨੂੰ ਘਰੋਂ ਨਿਕਲਣ ਦੀ ਟਾਈਮਿੰਗ ਦਿੱਤੀ ਗਈ ਹੈ ਜਿਹੜੀ ਸਵੇਰੇ 6 ਵਜੇ ਹੈ। ਜਿਹੜੀ ਕੰਬਾਈਨ ਚੱਲਣ ਦੀ ਟਾਈਮਿੰਗ ਹੋਊਗਾ ਉਹ 9 ਵਜੇ ਹੋਊਗਾ, ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ। ਉਹ ਜ਼ਿਮੀਂਦਾਰ ਨੂੰ ਅਸੀਂ ਲਾਓ ਕੀਤਾ ਕਿ 6-7 ਵਜੇ ਘਰੋਂ ਨਿਕਲ ਸਕਦਾ, ਰਾਤ ਨੂੰ 7 ਵਜੇ ਘਰੇ ਵੜ ਸਕਦਾ ਕਿ ਉਹਨੂੰ ਪੁਲਿਸ ਵੱਲੋਂ ਕੋਈ ਦਿੱਕਤ ਨਾ ਆਵੇ। ਕੰਬਾਈਨ ਚੱਲਣ ਦਾ ਜਿਹੜਾ ਸਮਾਂ ਉਹ ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਹੋਊਗਾ। ਬਠਿੰਡਾ ਮੰਡੀ ਲਾਈਨਿੰਗ ਦਾ ਜਿਸ ਤਰ੍ਹਾਂ ਤੁਸੀਂ ਕੀਤਾ ਉਹਦੇ ਬਾਰੇ ਕੀ ਤੁਸੀਂ? ਜਿਹੜਾ ਲਾਈਨਿੰਗ ਅਸੀਂ ਕੀਤੀ ਹੈ ਜੀ, ਇਹ ਪੰਜਾਬ ਸਰਕਾਰ ਦੀ, ਸਾਡੇ ਪੰਜਾਬ ਮੰਡੀ ਬੋਰਡ ਦੀ ਇਹ ਪਾਲਿਸੀ ਹੈ। ਉਹਦੇ ਵਿੱਚ ਉਹਨਾਂ ਨੇ 30x30 ਸਕੇਅਰ ਮੀਟਰ ਦਾ ਇੱਕ ਖਾਨਾ ਬਣਾਇਆ ਹੈ, 900 ਸਕੇਅਰ ਮੀਟਰ, 30x30 ਮੀਟਰ ਦਾ, 900 ਸਕੇਅਰ ਮੀਟਰ ਦਾ, ਜਿਹਦੇ ਵਿੱਚ ਸਿਰਫ ਇੱਕ ਢੇਰੀ ਅਸੀਂ ਕਣਕ ਦੀ ਢੇਰੀ ਕਰਾਂਗੇ ਜ਼ਿਮੀਂਦਾਰ ਦੀ। ਅਤੇ ਉਹ ਉਹਦੇ ਅਗੇਂਸਟ ਜਿੰਨੇ ਸਾਡੇ ਡੱਬੇ ਬਣ ਗਏ, ਉਹ ਸਾਡਾ ਪਾਸਾਂ ਦਾ ਸਿਸਟਮ ਹੈ, ਜਿੰਨੇ ਉਹ ਡੱਬੇ ਬਣ ਗਏ ਉਨੇ ਅਸੀਂ ਹਰ ਦਿਨ ਦੇ ਪਾਸ ਜਾਰੀ ਕਰਾਂਗੇ। ਜਿੰਨੇ ਉਹ ਡੱਬੇ ਰੋਜ਼ ਚੱਕੇ, ਕਣਕ ਉੱਥੋਂ ਚੱਕੀ ਜਾਊਗੀ, ਲਿਫਟ ਹੋ ਜੂਗੀ, ਉਹਨੂੰ ਫਿਰ ਅਸੀਂ ਖਾਲੀ ਮੰਨਾਂਗੇ, ਫਿਰ ਨਵੇਂ ਪਾਸ ਜਾਰੀ ਕਰਾਂਗੇ। ਉਹ ਡੱਬਿਆਂ ਦੇ ਅਨੁਸਾਰ ਹੀ ਅਸੀਂ ਪਾਸ ਜਾਰੀ ਕਰਦੇ ਹਾਂ। ਮੇਨ ਬਹੁਤ ਵਧੀਆ ਜਿਹੜਾ ਸਿਸਟਮ ਬਣਾਇਆ ਗਿਆ। ਇਸੇ ਲਈ ਮੈਂ ਜ਼ਿਮੀਂਦਾਰ ਭਰਾਵਾਂ ਨੂੰ ਅਪੀਲ ਕਰ ਰਿਹਾ ਕਿ ਕਿਸੇ ਗੱਲ ਦਾ ਘਬਰਾਉਣ ਦੀ ਲੋੜ ਨਹੀਂ, ਸਰਕਾਰ ਨੇ ਇੰਨਾ ਵਧੀਆ ਸਿਸਟਮ ਬਣਾਇਆ ਜਿਹੜਾ ਤੁਹਾਡੀ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰਕੇ, ਕਿ ਜਿਹੜੀ ਇਹ ਬਿਮਾਰੀ ਫੈਲੀ ਹੋਈ ਹੈ ਉਹਨੂੰ ਆਪਾਂ ਕਿ ਕੋਈ ਆਪਣੇ ਏਰੀਏ ਵਿੱਚ ਲਪੇਟ ਵਿੱਚ ਵੀ ਨਾ ਆ ਜਾਵੇ, ਕੋਈ ਆਪਾਂ ਨੂੰ ਦਿੱਕਤ ਨਾ ਆਵੇ, ਅਤੇ ਜਿਹੜੀ ਜ਼ਿਮੀਂਦਾਰ ਦੀ ਇਕੱਲੀ ਇਕੱਲੀ ਕਣਕ ਦਾ ਇੱਕ ਦਾਣਾ ਚੱਕਿਆ ਜਾਵੇ। ਸਿਕਿਉਰਟੀ ਵੱਲੋਂ ਦੇਖੋ ਜੀ, ਸਾਨੂੰ ਪੰਜਾਬ ਪੁਲਿਸ ਦਾ ਬਹੁਤ ਜ਼ਿਆਦਾ ਸਹਿਯੋਗ ਹੈ, ਜੋ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਸਿਕਿਉਰਟੀ ਲਈ ਉਹ ਸਾਨੂੰ 1/2 ਘੰਟੇ ਦੇ ਵਿੱਚ ਪੂਰਾ ਹੋ ਜਾਂਦਾ। ਜਿਵੇਂ ਸਾਡੀ ਲੋੜ ਹੋਊਗੀ ਹਰ ਮੰਡੀ ਦੇ ਵਿੱਚ ਅਸੀਂ ਸਿਕਿਉਰਟੀ ਲਾਵਾਂਗੇ। ਪਾਸ ਜਿਵੇਂ ਐਂਟਰ ਹੋਊਗਾ ਜ਼ਿਮੀਂਦਾਰ, ਉਹ ਜਿਹੜਾ ਪਾਸ ਹੈ 1 ਦਿਨ ਲਈ ਉਹਦਾ ਵੈਲਿਡ ਹੋਊਗਾ, 1 ਟਰਾਲੀ ਲਈ ਹੋਊਗਾ, 50 ਕੁਇੰਟਲ ਦਾ ਹੋਊਗਾ। ਜਦੋਂ ਮੰਡੀ ਵਿੱਚ ਐਂਟਰ ਹੋਊਗਾ ਅਸੀਂ ਉਹ ਤੋਂ ਪਾਸ ਲੈ ਕੇ ਐਂਟਰ ਹੋਣ ਦੇਵਾਂਗੇ, ਉਦੋਂ ਬਾਅਦ ਉਹਨੂੰ ਪਾਸ ਨਹੀਂ ਮਿਲੂਗਾ, ਉਹ ਪਾਸ ਅਸੀਂ ਜ਼ਬਤ ਕਰ ਲਾਂਗੇ। ਜੇ ਉਹ ਸਾਰੇ ਜ਼ਿਮੀਂਦਾਰ ਭਰਾ ਵੀ ਹੁਣ ਸਾਡੇ ਅਵੇਅਰਡ ਹੈਗੇ ਇਹਨਾਂ ਗੱਲਾਂ ਨੂੰ, ਇਹ ਤਾਂ ਮੈਂ ਤੁਹਾਡੇ ਅਪੀਲ ਵੀ ਕਰੂੰਗਾ ਕਿ ਜਿਹੜੇ ਕੋਈ ਹਰੀ ਕਣਕ ਹੈ ਜਾਂ ਛੇਤੀ ਗਿੱਲੀ ਕਣਕ, ਜੇ ਕਿਸੇ ਨੇ ਉਹਨੂੰ ਹਾਰਵੈਸਟ ਕਰ ਲਿਆ ਤਾਂ ਉਹ ਆਪਦੇ ਘਰੇ ਰੱਖੇ, ਮੰਡੀ ਵਿੱਚ ਨਾ ਲੈ ਕੇ ਆਵੇ। ਜਿਹੜਾ ਗਿੱਲੀ ਕਣਕ ਆਊਗੀ ਉਹ ਤਾਂ ਨੋਰਮਲ ਦੀ ਤਰ੍ਹਾਂ ਉਹਨੂੰ ਦਿੱਕਤ ਆਊਗੀ, ਗਿੱਲੀ ਕਣਕ 'ਚ, ਗਿੱਲੀ ਕਣਕ ਮੰਡੀ ਵਿੱਚ ਲਿਆਉਣ ਤੋਂ ਬਿਲਕੁਲ ਗਰੇਜ ਕੀਤਾ ਜਾਵੇ ਜੀ। ਬਠਿੰਡਾ ਸਰਗਰਮੀ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।